जनाब आज आप कुछ पहले सुनाए, क्यों करता मैं आप कुछ अपना वो जो कंतर ठीक है तो जीव निकल के अरे शायरी सुन के हैं ये मजिन्ना है ये नहीं जी अच्छा ये मजिन्ना है कि फूफा मामू कोई तो मुझे संभालो लुडी है जमालो ਸਤਿ ਸ਼੍ਰੀ ਅਕਾਲ ਜੀ, ਸਲਾਮ ਵਾਲੇਕੁਮ, ਕੀ ਹਾਲ ਚਾਲ ਸਾਰਿਆਂ ਦਾ, ਤੇ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਪਿਆਰੇ ਚੈਨਲ ਜਿਹਦਾ ਨਾਮ ਹੈਗਾ ਰੀਅਲ ਰਿਐਕਸ਼ਨ, ਜਿੱਥੇ ਰਿਐਕਸ਼ਨ ਹਮੇਸ਼ਾ ਰੀਅਲ ਮਿਲਦਾ। ਅੱਜ ਅਸੀਂ ਲੈ ਕੇ ਆਏ ਹਾਂ ਸਾਜਿਦ ਜਾਨੀ ਦੀ ਵੀਡੀਓ। ਸਾਨੂੰ ਕਮੈਂਟਾਂ 'ਚ ਕਦੋਂ ਦੀ ਰਿਕੁਐਸਟ ਆ ਰਹੀ ਸੀ ਕਿ ਸਾਜਿਦ ਜਾਨੀ 'ਤੇ ਵੀ ਇੱਕ ਵੀਡੀਓ ਲੈ ਕੇ ਆਓ, ਅਤੇ ਅਸੀਂ ਲੈ ਕੇ ਹਾਜ਼ਰ ਹੋਏ ਹਾਂ, ਅਤੇ ਉਹ ਵੀ ਸ਼ੇਰੋ ਸ਼ਾਇਰੀ ਦੀ। ਠੀਕ ਹੈ ਜੀ, ਅਤੇ ਸਪੈਸ਼ਲ ਤਾਂ ਡਿਮਾਂਡ 'ਤੇ ਲੈ ਕੇ ਹਾਜ਼ਰ ਹੋ ਗਏ ਹਾਂ। ਜਿਹੜੇ ਦੋਸਤ ਅੱਜ ਨਵੇਂ ਜੁੜੇ ਸਾਡੇ ਚੈਨਲ 'ਤੇ, ਉਹ ਚੈਨਲ ਸਬਸਕ੍ਰਾਈਬ ਕਰ ਲੈਣ, ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗਦੀ ਹੈ, ਅਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਠੀਕ ਹੈ ਜੀ, ਅਤੇ ਆ ਜਾਓ ਕਰਦੇ ਹਾਂ ਵੀਡੀਓ ਸਟਾਰਟ, ਅਤੇ ਬਾਕੀ ਐਂਡ 'ਤੇ ਰਿਵਿਊ ਦੇਵਾਂਗੇ ਸਾਨੂੰ ਕਿੱਦਾਂ ਲੱਗੀ ਸ਼ੇਰੋ ਸ਼ਾਇਰੀ। ਅਤੇ ਮੇਰੇ ਖਿਆਲ ਨਾਲ ਮੈਂ ਪਹਿਲੀ ਵਾਰੀ ਸ਼ੇਰੋ ਸ਼ਾਇਰੀ ਸੁਣਨ ਲੱਗਾ ਇਹਨਾਂ ਦੀ। ਪਹਿਲਾਂ ਆਪਾਂ ਵਿਊ ਕੀਤਾ ਆ, ਉਹ ਨੋਰਮਲ ਵੀਡੀਓ ਹਾਸੇ ਵਾਲੀ ਸੀਗੀ ਇਹਨਾਂ ਦੀ, ਕੋਈ ਨਾ ਕੀਤਾ ਸ਼ੇਰੋ ਸ਼ਾਇਰੀ ਤਾਂ ਕੀਤਾ ਆ। ਚਲੋ ਹੋ ਸਕਦਾ ਸੈਕਿੰਡ ਟਾਈਮ ਹੋਵੇ, ਅਤੇ ਆ ਜਾਓ ਕਰਦੇ ਹਾਂ ਜੀ। ਉਹਨਾਂ ਦੀ ਪੂਰੀ ਟੀਮ ਨਾਲ ਆ ਅਤੇ ਸ਼ੇਰੋ ਸ਼ਾਇਰੀ ਕਰ ਰਹੇ ਨੇ। ਆ ਜਾਓ ਚੈੱਕ ਕਰਦੇ ਹਾਂ ਸਾਰੀ ਵੀਡੀਓ। ਛੋਟੇ ਸ਼ਹਿਰੀ ਮੈਂ ਖੁਸ਼ ਆਮਦੀਦ, ਮੇਰੇ ਸਾਥ ਫੈਸਲ ਫਰੀਦ ਔਰ ਦਾਨਿਸ਼ ਅਬਾਸ। ਨਾਦਰੀਨ, ਯੇ ਹਮਨੇ ਚੇਂਜ ਕਰ ਲਿਆ, ਹਮਨੇ ਪਹਿਲੇ ਪਹਿਲੇ ਪਤਾ ਕਿਹੜਾ ਚੇਂਜ ਕਰ ਲਿਆ, ਚਲੋ ਅਬ ਯੇ ਹਮਨੇ ਚੇਂਜ ਕਰ ਲਿਆ। ਆਗਾਜ਼ ਕਰਤੇ ਹੈ ਵਹੀ ਇੱਕ ਖੂਬਸੂਰਤ ਸ਼ੇਰ ਕੇ ਸਾਥ ਕਿ ਕੁਛ ਨਾ ਕੁਛ ਬੋਲਤੇ ਰਹੋ ਹਮਸੇ। ਚੁੱਪ ਰਹੋਗੇ ਤੋ ਲੋਕ ਸੁਣ ਲੈਣਗੇ। ਔਰ ਦੂਸਰਾ ਸ਼ੇਰ ਵੀ ਸੁਣਾਤਾ ਚਲੋ, ਜਿਸ ਕੋ ਹਰ ਵਕਤ ਦੇਖਤਾ ਰਹਿਤਾ ਹੂੰ, ਜਿਸ ਕੋ ਹਰ ਵਕਤ ਦੇਖਤਾ ਰਹਿਤਾ ਹੂੰ, ਉਸ ਕੋ ਬਸ ਇੱਕ ਬਾਰ ਦੇਖਾ ਹੈ। ਬਾਤ ਅਗਰ ਚੱਲ ਹੀ ਗਈ, ਉਸਕੋ ਬਸ ਏਕ ਬਾਰ ਦੇਖਾ, ਅਗਰ ਬਾਤ ਚੱਲ ਹੀ ਗਈ ਹੈ ਤੋ ਹਮ ਤੇਰੇ ਗਮ ਕੇ ਪਾਸ ਬੈਠੇ ਥੇ, ਹਮ ਤੇਰੇ ਗਮ ਕੇ ਪਾਸ ਬੈਠੇ ਥੇ, ਦੂਸਰੇ ਗਮ ਉਦਾਸ ਬੈਠੇ, ਦੂਸਰੇ ਗਮ ਉਦਾਸ ਬੈਠੇ, ਔਰ ਬਾਤ ਚੱਲ ਹੀ ਪੜੀ ਹੈ ਤੋ ਬਸ ਵਹੀ ਇਮਤਿਹਾਨ ਮੇ ਪਾਸ ਹੋਏ, ਬਾਕੀ ਸਾਰੇ ਫੇਲ ਹੋਏ, ਜੋ ਤੇਰੇ ਆਸ ਪਾਸ ਬੈਠੇ, ਪਾਸ ਹੋਏ ਜੋ ਤੇਰੇ ਆਸ ਪਾਸ ਬੈਠੇ। ਵਾਹ, ਬਾਤ ਨਿਕਲ ਹੀ ਪੜੀ ਹੈ ਤੋ ਰਾਤ ਵੀ ਜਬ ਤੁਮਹਾਰਾ ਫੋਨ ਆਇਆ, ਬਾਤ ਨਿਕਲ ਹੀ ਪੜੀ ਹੈ, ਨਹੀਂ ਨਹੀਂ ਉਸੀ ਕਾ ਸ਼ੇਰ ਹੈ, ਹਮ ਤੇਰੇ ਗਮ ਕੇ ਪਾਸ ਬੈਠੇ ਥੇ, ਦੂਸਰੇ ਗਮ ਉਦਾਸ ਬੈਠੇ ਥੇ, ਬਸ ਵਹੀ ਇਮਤਿਹਾਨ ਮੇ ਪਾਸ ਹੋਏ, ਜੋ ਤੇਰੇ ਆਸ ਪਾਸ ਬੈਠੇ ਥੇ, ਔਰ ਰਾਤ ਵੀ ਜਬ ਤੁਮਹਾਰਾ ਫੋਨ ਆਇਆ, ਰਾਤ ਵੀ ਜਬ ਤੁਮਹਾਰਾ ਫੋਨ ਆਇਆ, ਤੁਮ ਹਮਾਰੇ ਹੀ ਪਾਸ ਬੈਠੇ। ਫੋਨ ਸਵਿਚ ਆਫ ਕਰ ਲਓ, ਜੇ ਬਾਤ ਨਿਕਲੀ ਆਈ ਹੈ ਤੋ। ਮੈਂ ਸੋਚ ਲੱਗਾ ਜੀ, ਕਹਿੰਦਾ ਜੀ ਆਪਕਾ ਰਾਤ ਕੋ ਫੋਨ ਆਇਆ ਤਬ ਅੱਬਾ ਹਮਾਰੇ ਪਾਸ ਹੀ ਬੈਠੇ ਥੇ, ਮੈਂ ਸੋਚਿਆ ਕਹਿਣ ਲੱਗਾ ਇਹਨੇ।
ਰਹਿਤਾ ਹੂੰ ਰਾਤ ਦਿਨ ਉਸਕੋ ਪੜ੍ਹਤਾ ਰਹਿਤਾ ਹੂੰ ਰਾਤ ਦਿਨ ਉਸਨੇ ਜੋ ਖਤ ਕਭੀ ਲਿਖਾ ਹੀ ਨਹੀਂ ਪੜ੍ਹਤਾ ਰਹਿਤਾ ਹੂੰ ਰਾਤ ਦਿਨ ਉਸਕੋ ਲਿਖ ਲਿਆ ਰੇ ਕਸਮ ਸੇ ਉਸਨੇ ਜੋ ਖਤ ਕਭੀ ਲਿਖਾ ਹੀ ਨਹੀਂ ਬਾਤ ਚੱਲ ਪੜੀ ਹੈ ਤੋ ਯਾਰ ਰੋਕ ਦੇ ਬਾਤ ਮੇਰੀ ਅੱਖੋਂ ਮੇਂ ਇਹ ਜੋ ਪਾਣੀ ਹੈ ਮੇਰੀ ਅੱਖੋਂ ਮੇਂ ਇਹ ਜੋ ਪਾਣੀ ਹੈ ਪਿਆਰ ਛਿਲ ਕੇ ਆਇਆ ਪਾਣੀ ਹੈ ਦਾਨਿਸ਼ ਭਾਈ ਕੀ ਬਾਤ ਕੀ ਬਾਤ ਮੇਰੀ ਅੱਖੋਂ ਮੇਂ ਇਹ ਜੋ ਪਾਣੀ ਹੈ ਮੇਰੀ ਅੱਖੋਂ ਮੇਂ ਇਹ ਜੋ ਪਾਣੀ ਹੈ ਤੇਰੀ ਆਖੋ ਕੀ ਮਿਹਰਬਾਨੀ ਔਰ ਬਾਤ ਚੱਲ ਪੜੀ ਹੈ ਤੋ ਯਾਰ ਰੋਕੋ ਰੋਜ਼ ਕਰਤਾ ਹੂੰ ਮੈਂ ਰਿਹਾ ਉਸਕੋ ਰੋਜ਼ ਕਰਤਾ ਹੂੰ ਮੈਂ ਰਿਹਾ ਉਸਕੋ ਰੋਜ਼ ਪਿੰਜਰੇ ਮੈਂ ਲੌਟ ਆਤਾ ਹੈ ਅਰੇ ਵਾਹ ਕਿਆ ਬਾਤ ਹੈ ਕਿਆ ਉਮਦਾ ਬਾਤ ਹੈ ਨਾਜ਼ਰੀਨ ਤੂੰ ਚੁੱਪ ਰਹਿ ਕਰ ਵੀ ਕਿਤਨਾ ਬੋਲਦਾ ਹੈ ਬਾਤ ਚੱਲ ਹੀ ਪੜੀ ਹੈ ਜਨਾਬ ਆਜ ਆਪ ਕੁਛ ਪਹਿਲੇ ਸੁਣਾਏ ਕਿਉਂ ਕਰਦਾ ਮੈਂ ਆਪ ਕੁਛ ਆਪਣਾ ਕੋ ਜੋ ਕੰਤਰ ਠੀਕ ਹੈ ਜੀਭ ਨਿਕਲ ਗਈ ਉਹਦੇ ਸ਼ਾਇਰੀ ਸੁਣ ਕੇ ਜੀ ਸਬਸੇ ਪਹਿਲੇ ਮੈਂ ਅਚਾਰਬਾਜ਼ੀ ਕੋ ਅਦਾਬ ਪੇਸ਼ ਕਰਤਾ ਹੂੰ ਕਿਬਲਾ ਕੋ ਆਪ ਸਬ ਸ਼ੋਰਾ ਕਰਾਮ ਕੋ ਅਦਾਬ ਪੇਸ਼ ਕਰਤਾ ਹੂੰ ਯੇ ਆਪਣੀ ਬੋਲ ਹੈ ਨੂ ਕਾ ਮਿਸਰਾ ਮੈਨੇ ਅਭੀ ਪੇਸ਼ ਕਰਤਾ ਹੂੰ ਕੰਤਰ ਟਾਈਮ ਕੋ ਹਾਂਜੀ ਬਾਕੀ ਮਜਮੂਆ ਬਾਅਦ ਇੱਕ ਹੱਥ ਛੋਟੀ ਤੇ ਗੱਲਾਂ ਪਿਆਰ ਸ਼ਿਆਰ ਦੀਆਂ ਕਰਨੀਆਂ ਅਸੀਂ ਸਭ ਛੱਡ ਛੋੜੀਆਂ ਨੇ ਗੱਲਾਂ ਪਿਆਰ ਸ਼ਿਆਰ ਦੀਆਂ ਕਰਨੀਆਂ ਅਸੀਂ ਸਭ ਛੱਡ ਛੱਡੀਆਂ ਨੇ ਜੇ ਸੋਚ ਵੀ ਇਸ਼ਕ ਦੀ ਜ਼ਹਿਰ ਹੋਵੇ ਜਾ ਭਲੀਏ ਜਾ ਤੇਰੀ ਖੈਰ ਹੋਵੇ ਵਾਹ 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 ਕਿਆ ਬਾਤ ਹੈ ਕਿਆ ਬਾਤ ਪਹਿਲਾ ਕੰਤਰ ਲਓ ਜੀ ਅਬ ਜਨਾਬ ਦਾਵਤ ਆਪ ਦੋ ਲਾਈਨੇ ਕੁਛ ਅਰਸ਼ਾਦ ਫਰਮਾ ਦੇ ਕੰਤਰ ਲੈ ਜਾ ਨਾਲ ਦੀ ਨਲਕੀ ਲੈ ਆ ਇਜਾਦ ਹੈ ਮੈਂ ਥੋੜੀ ਕੰਤਰ ਨਜ਼ਮੇ ਮੁਸਾਇਕਲ ਕੀ ਮਿਸਲ ਵੋ ਨਾਜ਼ੂਰਾ ਕੇ ਜੈਸੇ ਗੁਲ ਤੁਸੀਂ ਪੜ੍ਹ ਨਹੀਂ ਸਕਦੇ ਫਰਜ਼ੋ ਸੰਸ ਕੇ ਦੀਦਾ ਜ਼ੇਬੋ ਵ ਮਸਤਨ ਦੋ ਲਗਾ ਤੋ ਇਨ ਸੁਕਲਾ ਪੀ ਗਿਆ
ये मैं इसलिए नहीं दिखा रहा कि मैं इसकी कोई वो कर रहा हूँ, डिग्रेड कर रहा हूँ, मैं इसको शाबाश देने के लिए कि ये कितनी मेहनत करता है जिसको आप समझते हैं और ये बकवास करते हैं इसको समझते हैं, वो एक एक लफ्ज जो है वो बिल्कुल उर्दू के हिसाब से पढ़ता है। ये देखें, ये इसकी मेहनत का है, इसकी मेहनत का फल है। अच्छा जो किसी ने किताब लैनी हो कह के लवे इस किताब का की नाम है? अच्छा सारी दुनिया को तौल को जी आवाम के ज़लील होने वाली किताब दे दो। नहीं भाई ना, पढ़ो किताब फ़रोज़ुल लुग़ात उर्दू जदीद तरतीबो इज़ाफ़ों के साथ। यार इतनी बड़ी फ़रोज़ुल लुग़ात, पूरी फ़रोज़ुल लुग़ात उर्दू बहुत सारी दुनिया को पता जी। हाँ जी जी, जामिया किताब है। हाँ जी ये नागरिक ठीक है, ये रखदा कित्थे पता कर ये जिथे भी रखदा बेटे एक लुकोई ते जानी नहीं जिड्डी वड्डी हो। चलो मुहतमिमे दीवान अर्ज किया है जी जी, नजमे मुसैकल की मिसल वो नाजूरा के जैसे गुल, मुजमहिल जाज़बियत दिले मकसर में हुई है चुल। चुल शुक्र है भाई बच गए, दो तीन नुक्ते बचाए भाई वाह। अच्छा और ये आहत बंदा वाह भी, मैं सदर महफिल रिपीट कर दो ना, ये रिपीट भी नहीं मैं कर सकता। चुल बुल पांडे दो बोरी है चुल। चलो ये मजिन्ना है, ये मजिन्ना है ये नहीं ये अच्छा ये मजिन्ना, ये मजिन्ना है कि करेगा वो भी मुआदलत। ये मजिन्ना है कि करेगा वो भी मुआदलत, यस मुआदलत। वो गेसुए मुकव्वस है जीने का सामान कुल। मतलब उसके नाज नखरे उठाए। फरोकशे दीदाए मुस्तरिब को ममोले चुने, मतरूहे तखय्युले जाना रहे हैं रुल। रोटी मंगनी इन्हें तो दिल करे सिर पिटन लग गया। हमारी खामा परसाई में अगर कोई हट जा तेरा मुक गया खामा परसाई तो फरसाना। यार अगर आप अपनी बीवी को कहना हो गया बहुत खूबसूरत लग रही कैसे कहेंगे? उस्ताद जी उन्हें 10-8 मिनट तक कह देना है। हां जी सबसे पहले तो आपसे गुजारिश करूंगा कि मैं गंजवर और जरियाब हूँ, नवाब हूँ, इन जैसे सरकश गुस्ताख और जाहल लोगों के पास सिर्फ आपकी वजह से मैं तशरीफ नशीनी कर रहा हूँ। अरे सर आप मेरी वजह से नहीं, उधर जो लोग आपको देख रहे हैं वो लाखों लोग हैं जो आपको पसंद फरमा रहे हैं। इनकी खुजस्ता अख्तरी में भी इजाफा। ओए उन्होंने कुछ नहीं है खुजस्ता अख्तरी, कुछ नहीं क्या हुआ? ये दुआ है मेरी रब से तुझे आशिकों में सबसे। इनकी खुजस्ता प्रवान दादे की बोली है ना हमें समझ लग गई, ट्रांसलेट भी कर दो। इजाफा हो तेरी खुजस्ता गजरी च बैठ के सुना है यार, तू कहां खुजस्ता मस्तरी उस्ताद जी आ केड़ी है खुजस्ता मस्तरी? उर्दू वाला खुदा दे बंदे उर्दू आ यार असी भी पढ़े उर्दू, असी सिद्धी सिद्धी तू उर्दू दूजी पढ़े आ जड़ी इसमें कोई फारसी अरबी है कुछ ये प्योर उर्दू है कस्तफस्ता
ਜਸਤਾ ਅਖਤਰੀ ਕਾ ਮਤਲਬ ਹੈ ਓਏ ਆਵੇ ਹੋ ਤੈਨੂੰ ਲਖਨਊ ਮਤਲਬ ਤੇ ਪੁੱਛਦਾ ਹੈ ਕਿ ਤੇ ਤੁਮ ਲੋਗ ਸਿੱਖਤੇ ਵੀ ਨਹੀਂ ਹੋ ਸਿੱਖਦੇ ਅਗਰ ਤੁਮੇ ਦੇਖੋ ਅਗਰ ਤੁਮੇ ਨਹੀਂ ਆਤੀ ਤੋ ਤੁਮ ਐਡਜਸਟ ਕਰ ਲੋ ਡਾਈਜੈਸਟ ਕਰੋ ਡਾਈਜੈਸਟ ਕਰ ਲੋ ਜੀ ਆਪ ਕੀ ਫਰਮਾਤੇ ਜਸਤਾ ਅਖਤਰੀ ਮੇ ਇਜ਼ਾਫਾ ਹੋ ਮੇਰੀ ਦੁਆ ਹੈ ਕਿ ਜੋ ਹਮਾਰੇ ਨਾਜ਼ਰੀਨ ਹੈ ਇਨਕੇ ਇੱਜ਼ਤ ਓ ਵਕਾਰ ਮੇ ਇਜ਼ਾਫਾ ਹੋ ਆਮੀਨ ਦੇਖੇ ਦੇਖਾ ਇਨਕੀ ਜੋ ਬਦਬੂ ਆਵਰ ਤਫੁਨ ਅਮੇਜ਼ ਅਫੁਨ ਤਮੇਜ਼ ਨਜਸ غلاظت اندوز جو گفتگو ہے ان دونوں کی آپ کی وجہ سے میں سنتا ہوں اور ان کی وجہ سے سنتا ہوں بس یہی بات آپ میری وجہ سے بھی آپ ان کی وجہ سے سنیں بس آپ ان کی وجہ سے اور تو ہی چپ کر جا یار چپ کر جا تم گالو جی ادھر ਉਹਨੂੰ ਐਡੇ ਐਡੇ ਲਫ਼ਜ਼ ਸੁਣ ਕੇ ਤੇ ਚਿੜੀ ਹੋ ਗਈ ਇਹਨੂੰ ਗੁੱਸਾ ਚੜਨ ਦੀ ਹੈ ਉਹ ਭਾਲ ਮੂੰਹ ਹੀ ਰਸਗੁਲੇ ਵਰਗਾ ਹੋ ਗਿਆ ਜਿਹੜੇ ਟੈਨਸ਼ਨ ਨਾਲ ਇਹ ਬਦਤਮੀਜ਼ੀ ਇਹ ਲਹਿਜਾ ਇਹ ਗਫੀਰ ਚੈੱਕ ਕਰੋ ਇਸ ਯਾਰ ਹੱਥ ਹੁੰਦੀ ਆ ਮੈਂ ਜਸਤਾਮਤ ਹੋ ਕਸਤਾਮਤ ਤੁਮਾਰੇ ਮੈਨੇ ਉਲਟੇ ਦਸਤ ਕੀ ਇੱਕ ਉਲਟੇ ਦਸਤ ਕਾ ਥੱਪੜੇ ਅਜ਼ੀਮ ਓ ਸ਼ਾਨ ਮਾਰ ਦੇ ਰਿਹਾ ਤੁਮੇ ਅਗਰ ਇਹ ਖਾਮੋਸ਼ ਨੂੰ ਮੈਂ ਇਸਕਾ ਡੇਲਾ ਜਾਂ ਤੰਬਾ ਨਿਕਾਲ ਕਰ ਦੰਦਾਨੇ ਰਕਸਾ ਪਰ ਇਸਕੇ ਨੋਜ਼ੇ ਸ਼ਮਾ ਕਰ ਦੂੰਗਾ ਡਾਇਰੈਕਟ ਉਸਕੇ ਸਾਥ ਅੰਸੀ ਨਾਜ਼ਾਮ ਮੇ ਜੋ ਬਾਤ ਕਰ ਰਹੇ ਹੋ ਉਸਕੇ ਸਾਥ ਮੁਫਲਿਸੀ ਵੀ ਐਡ ਕਰੋ ਮੈਂ ਕਹਿ ਰਹਾ ਹੂੰ ਮੈਂ ਕੋਣ ਹੀ ਹੈ ਨਾਜ਼ਾ ਇਸਕੇ ਮੂੰਹ ਮੇ ਮਾਰ ਕੇ ਲੈ ਕਰ ਡਾਇਰੈਕਟ ਉਸ ਉਸੇ ਨਹੀਂ ਤੁਮੇ ਮਾਰ ਕਰਨਾ ਮੇਰੇ ਮਜਲਿਸ ਇਸ ਬਾਤ ਕਾ ਕਭੀ ਅਮਕਾਨ ਹੈ ਕਿ ਇਨਕੋ ਹਮਸੇ ਗਜ਼ੰਦ ਪਹੁੰਚੇਗਾ ਹਾਂ ਇਹ ਇਸ ਬਾਤ ਕਾ ਕਭੀ ਸਮਝ ਆਂਦੀ ਔਰ ਇਸ ਤੋਂ ਪਹਿਲੇ ਕਿ ਇਸ ਬਾਤ ਕਾ ਫਰਦੋਸ ਜਮਾਲ ਅਮਕਾਨ ਹੋ ਜਾਏ ਚੁੱਪ ਕਰ ਜਾਓ ਚਲ ਇਹ ਮਾਮਲਾ ਦਫਲ ਕਰੇ ਮੁਸ਼ਾਹਿਦ ਵੈਸੇ ਆਪਾਂ ਸੀਰੀਅਸ ਹੀ ਗੱਲ ਕਰਦੇ ਆ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਤੁਹਾਨੂੰ ਪਤਾ ਹਿੰਦੀ ਵੀ ਬੋਲਦੇ ਆ ਜਦਕਿ ਉਹਨਾਂ ਦੀ ਪਹਿਲੀ ਭਾਸ਼ਾ ਮੈਨੂੰ ਪੱਕਾ ਨਹੀਂ ਪਤਾ ਸ਼ਾਇਦ ਉਰਦੂ ਆ ਪਹਿਲੀ ਭਾਸ਼ਾ ਉਰਦੂ ਪਰ ਪੰਜਾਬੀ ਸਭ ਤੋਂ ਜ਼ਿਆਦਾ ਪਾਕਿਸਤਾਨ 'ਚ ਬੋਲੀ ਜਾਂਦੀ ਆ ਆਪਣੇ ਪੰਜਾਬ ਤੋਂ ਵੀ ਜ਼ਿਆਦਾ ਹਿੰਦੀ ਬਹੁਤ ਜ਼ਿਆਦਾ ਹਾਂ ਹਿੰਦੀ ਵੀ ਬੋਲਦੇ ਪਰ ਪੰਜਾਬੀ ਬਹੁਤ ਵਰਤਦੇ ਮੇਰੇ ਤੋਂ ਚਾਰ ਸ਼ਹਿਰ ਮੁਕੰਮਲ ਹੋ ਗਏ ਅੱਛਾ ਮਾਸ਼ਾਅੱਲਾ ਆਪ ਜਨਾਬ ਆਪ ਕੁਝ ਆਪਣਾ ਜੋ ਹੈ ਕੰਤਰ ਟੈਪ ਜੀ ਕੰਤਰ ਹੈ ਜੀ ਕਿ ਅਹਿਸਾਸ ਹੈ ਸੱਚ ਜਿਹੜਾ ਦਿਲ ਵਿੱਚ ਹੈ ਅੱਛਾ ਹੁਣ ਦੇਖੋ ਨਾ ਹੁਣ ਆਪ ਅਗਰ ਕੋਈ ਬੰਦਾ ਲਖਨਊ ਕਾ ਹੋ ਪੰਜਾਬੀ ਨਾ ਹੋ ਤੋ ਵੋ ਆਪਕੋ ਗਾਲੀਆਂ ਦੇ ਅੱਛੀ ਬਾਤ ਹੈ ਕਿ ਆ ਗਈ ਛਾ ਛਾ ਕਪ ਇਹ ਆਪਣੀ ਆਪਣੀ ਜ਼ੁਬਾਨ ਹੋਤੀ ਹੈ ਹਮਾਰੇ ਆਡੀਅੰਸ ਮੇ ਉਰਦੂ ਸੁਣਨੇ ਵਾਲੇ ਵੀ ਹੈ ਵੋ ਬੰਦਾ ਆਪ ਕੇ ਲੀਏ ਨਹੀਂ ਆਇਆ ਕਿ ਆਪ ਯਹਾਂ ਪੇ ਚਿੜਚਿੜਾਤੇ ਮੰਜ਼ਿਲ ਹੋ ਰਹੇ ਮੇਰੀ ਗੱਲ ਸੁਣੋ ਸਦਰ ਸਾਹਿਬ ਉਹ ਬੰਦਾ ਆਪਣੀ ਆਡੀਅੰਸ ਕੇ ਲੀਏ ਆਇਆ ਹੈ ਆਪ ਉਸਕੋ ਉਸਕੀ ਆਡੀਅੰਸ ਤੱਕ ਪਹੁੰਚਨੇ ਦੇ ਆਪਕਾ ਬੀਚ ਮੇ ਕੋਈ ਲੈਣਾ ਦੇਣਾ ਹੀ ਨਹੀਂ ਹੈ ਯਾਰ ਸਦਰ ਵੀਰੇ ਮੈਂ ਉਹ ਗੱਲ ਬਾਕੀ ਦੋਸਤ ਤੁਸੀਂ ਦੱਸਿਓ ਵੀ ਪਾਕਿਸਤਾਨ ਚ ਜ਼ਿਆਦਾ ਉਰਦੂ ਹਿੰਦੀ ਜਾਂ ਪੰਜਾਬੀ ਬੋਲੀ ਜਾਂਦੀ ਤਿੰਨਾਂ ਭਾਸ਼ਾ ਚੋਂ ਕਿਹੜੀ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਹੈ ਮੈਨੂੰ ਲੱਗਦਾ ਸ਼ਹਿਰ ਦੇ ਅਕੋਰਡਿੰਗ ਹੈ ਜਿਵੇਂ ਸਾਡੇ ਵੀ ਇੱਥੇ ਸਟੇਟ ਦੇ ਅਕੋਰਡਿੰਗ ਬੋਲਦੇ ਨੇ ਨਾ ਭਾਸ਼ਾ ਪੰਜਾਬ 'ਚ ਪੰਜਾਬੀ ਇੱਦਾਂ ਉਹਨਾਂ ਦੇ ਵੀ ਪੰਜਾਬ 'ਚ ਪੰਜਾਬੀ ਲਾਹੌਰ 'ਚ ਪਤਾ ਨਹੀਂ ਉਰਦੂ ਹਿੰਦੀ ਵੀ ਵਰਤਦੇ ਆ ਮੈਂ ਉਹੀ ਬਾਤ ਕਰ ਰਹਾ ਹਾਂ ਅੱਜ ਦੇ ਕਿਹਾ ਪੰਜਾਬੀ ਮੈਂ ਸੁਣਾਈ ਲੈਣ ਜੋ ਪੰਜਾਬੀ ਸਮਝਣ ਵਾਲੋ ਆਪਸੇ ਮੁਸਤਕੀ ਫੀਸ ਹੋ ਜਾਏਗੀ ਬਸ ਬਾਤ ਕਰ ਜੀ ਇਰਸ਼ਾਦ ਸਰ ਅਹਿਸਾਸ ਹੈ ਸੱਚ ਜਿਹੜਾ ਦਿਲ ਵਿੱਚ ਹੈ ਵਾਹ ਕੀ ਬਾਤ ਅਹਿਸਾਸ ਜਿਹਾ ਲੱਭਾ ਸੱਚ ਕੋਈ ਨਾ ਵਾਹ ਕੀ ਬਾਤ ਦਿਲ ਟੁੱਟਦਾ ਹੈ ਤੇ ਟੁੱਟ ਜਾਂਦਾ ਫਿਰ ਜੁੜਦਾ ਵਾਂਗਰ ਕੱਚ ਕੋਈ ਨਾ ਜਿਹੜਾ ਇਸ਼ਕ ਦੀ ਦਲਦਲ ਵਿੱਚ ਫਸਿਆ ਇਥੋਂ ਕੋਈ ਸਕਿਆ ਬਚ ਕੋਈ ਨਾ ਸੌ ਹੱਥ ਰੱਸਾ ਸਿਰੇ ਗੰਢ ਸਜਣਾ ਕੋਈ ਫੈਸਲ ਵਰਗਾ ਕੱਚ ਕੋਈ ਨਾ ਮੈਂ ਮੁਮੈਸ ਕਰ ਰਹਾ ਹਾਂ ਜੀ ਥੈਂਕ ਯੂ ਜੀ ਅਬ ਜਨਾਬ ਸਿੱਧਾ ਸ਼ੁਰੂ ਹੀ ਕਰਦੇ ਹੈ ਫੈਸਲ ਰਾਮੇ ਸੇ ਫੈਸਲ ਸਾਹਿਬ ਆਪ ਆਪਣੀ ਪਖੰਡੀ ਹੈ ਗਜ਼ਲ ਮਹਿਫਿਲ ਕੋ ਆਗਾਜ਼ ਸ਼ੁਕਰੀਆ ਸਦਰ ਮੈਂ ਆਪਕੀ ਮੁਹੱਬਤ ਔਰ ਆਪਕੇ ਪਿਆਰ ਕਾ ਕਿਆ ਲਫ਼ਜ਼ ਹੈ ਬਹੁਤ ਸ਼ੁਕਰੀਆ ਮੈਂ ਮਸ਼ਕੂਰ ਹਾਂ ਆਪ ਸਾ ਮੁਝਕੋ ਲਗਤਾ ਹੈ ਕਿ ਜ਼ਿੰਦਗੀ ਮੁਖਤਸਰ ਸੀ ਹੈ ਵਾਹ ਵਾਹ ਹਾਂ ਕੀ ਬਾਤ ਹੈ
मुझको लगता है कि जिंदगी मुख्तसर सी है। सही लगता है, मुझको लगता है कि जिंदगी मुख्तसर सी है। बाबा आपने जाने में बड़ी जल्दी की है। अच्छा नहीं करना इतना इतना। अक्सर लोगों को ये, मुझे सच में यार मुझे अपने अबू से बहुत ज्यादा प्यार है। ते तू बाप बेटे दी गल्ला लिखना सदर महफिल, मुझे बस मेरे बाप बेटे दी ना ये कह रहे हैं अपने बाप। बंदे की यार कहीं लड़ाई होती है ना तो वो कहता है एक मिनट रोके यार मैं अपने अबू नु लेके आया। और जब यार फरीद भाई कोई ऊपर नहीं ना होता साया, भाई आपकी अम्मी है माशाल्लाह जी है ना, तो कई भी कहते तो मैं अपनी अम्मी लेके आना। सदर महफिल ज्यादातर यही कहते हैं कि मैं अपने मुझको लगता है कि जिंदगी मुख्तसर सी है। बाबा आपने जाने में बड़ी जल्दी की है। आपके होने से बख्त थे, आपके होने से वक्त थे। बाबा आप घर के दरख्त थे। चाचा ताया फूफा मामू कोई तो मुझे संभालो, लुडी है जमालो पाओ। पहली शेरो शेरी वेखी जी जुत्तम जुत्ती भी होंगे पूरे पाकिस्तान दी पहली शेरो शेरी जुत्तम जुत्ती होंगे। मेरी गल सुनो पहला इमोशनल करता फिर ਕੁੱਟ ਛੱਡਿਆ ਨੂੰ ਪਿੱਠੇ ਜੇ ਨੂੰ ਮੂੰਹ ਚਰੇ ਹੁੰਦਾ ਪੈਰ ਹੋ ਗਿਆ ਤੂੰ ਵੀ ਮੁੜ ਜਾ ਕਰਨਾ ਨੀ ਬੁਰਾ ਲਗਾ ਤੂੰ ਮੈਂ ਸ਼ੇਰ ਵਾਪਸ ਲੈਤਾ ਸ਼ੇਰ ਵਾਪਸ ਲੈਤਾ ਵਾਪਸ ਲੈਣ ਲੱਗਾ ਇੱਧਰ ਪਰਮੇ ਲਫ਼ਜ਼ ਦੇਈ ਪਰਮੇ ਅਥਰੂ ਲਿਆ ਕੇ ਪਤਾ ਨੀ ਗਲੈਸ ਨੀ ਲਾ ਕੇ ਆ ਜਾਂਦਾ ਬਾਹਰੋਂ ਇਹਨੇ ਪਿਓ ਦਾ ਰਿਸ਼ਤਾ ਯਾਰ ਦੇਖੋ ਨਾ ਮੈਂ ਤੁਹਾਨੂੰ ਕਹਿ ਰਹਾ ਹੂੰ ਮੈਂ ਨਾਜ਼ਰੀਨ ਆਪਕੋ ਬਤਾ ਰਹਾ ਹੂੰ ਇਸਨੇ ਪਹਿਲੇ ਬਾਪ ਜੋ ਹੈ ਨਾ ਦੀ ਟਾਈਮ ਸ਼ੋ ਮੈਂ ਇਤਨਾ ਬਾਪ ਕੋ ਲੈ ਕੇ ਆਇਆ
ਇਸਕੀ ਵਜ੍ਹਾ ਸੇ ਲੋਕ ਬਾਪ ਕੋ ਸਿੱਧਾ ਉਹਦਾ ਨਾਂ ਲੈ ਕੇ ਬੁਲਾਉਣ ਲੱਗਦੇ ਯਾਨੀ ਇਹਨੇ ਇੱਕ ਦਿਲੋਂ ਜਿਹਾ ਨਾਂ ਤਾਂ ਬਾਪ ਉਹਨੇ ਬਾਪ ਬੇਟੀ ਦਾ ਮਗਰ ਰਿਸ਼ਤੇ ਦਾ ਇਹਨੇ ਇੰਨਾ ਕੁ ਸਾਦਾ ਜਿਹਾ ਕਰ ਦੇਣਾ ਬਾਪ ਬੇਟੀ ਦਾ ਰਿਸ਼ਤਾ ਕਿ ਵੇਖੀ ਕੋਈ ਐਡੀ ਕੋਈ ਗੱਲਬਾਤ ਨਹੀਂ ਹੋਣੀ ਨਹੀਂ ਸਦਰ ਮਹਿਫਲ ਉਹ ਨਹੀਂ ਗੱਲ ਕਿ ਬਸ ਮੇਰਾ ਬਾਪ ਮਰ ਗਿਆ ਇਤਨੀ ਜਲਦੀ ਮਰ ਗਿਆ ਤੇ ਲੁੱਡੀ ਹਿੱਜ ਮਾਲ ਉਹਦਾ ਕੀ ਤਲਕ ਯਾਰ ਮੈਂ ਨਹੀਂ ਸਦਰ ਮਹਿਫਲ ਮੈਂ ਲੋਕਾਂ ਨੂੰ ਰੋਂਦੇ ਆ ਪਰੇਸ਼ਾਨ ਨਹੀਂ ਦੇਖ ਸਕਦਾ ਮੈਂ ਇਸ ਤੋਂ ਐਂਡ ਤੇ ਕੋਈ ਇਹੋ ਜਿਹੀ ਗੱਲ ਕਰ ਸਕਦਾ ਬਣਦਾ ਹੀ ਨਹੀਂ ਫਿਰ ਬੱਬੂ ਜਿਹੜੇ ਪੱਪੂ ਸਮਰਾਟ ਦੇ ਸ਼ਗਿਰਦ ਸੀ ਵੀ ਐਂਡ ਤੇ ਲੁੱਡੀ ਹਿੱਜ ਮਾਲ ਉਹ ਹੱਦ ਹੁੰਦੀ ਹੈ ਯਾਰ ਸਦਰ ਮਹਿਫਲ ਮੈਂ ਮਾਜ਼ਰਤ ਚਾਹਤਾ ਹੂੰ ਕਿਉਂਕਿ ਲੇਕਿਨ ਚਲੇ ਮੈਂ ਇੱਕ ਸੀਰੀਅਸ ਦਾਸਤਾਨ ਇਸ਼ਕ ਲਿਖਾ ਹੈ ਅਗਰ ਆਪ ਮੁਨਾਸਬ ਸਮਝੇ ਤੋ ਮੈਂ ਉਹ ਪੇਸ਼ ਕਰੂੰ ਦਾਸਤਾਨ ਇਸ਼ਕ ਉਸ ਮੇਂ ਕੋਈ ਮਜ਼ਾਕ ਨਹੀਂ ਹੈ ਉਹ ਸਿੱਧਾ ਸਿੱਧਾ ਹੈ ਓਕੇ ਚਲੋ ਠੀਕ ਹੈ ਅੱਛਾ ਪੇਸ਼ ਖਿਦਮਤ ਹੈ ਕਿ ਇੱਕ ਚਿੜੀਆ ਥੀ ਦੀਵਾਨੀ ਸੀ ਇੱਕ ਚਿੜੇ ਪੇ ਵੋ ਮਰਤੀ ਥੀ ਓਏ ਹੋਏ 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 ਕੀ ਬਾਤ ਲਓ ਜੀ ਸਿੱਧਾ ਸਿੱਧਾ ਜੀ ਚ ਕੁਛ ਨਹੀਂ ਅੱਛਾ ਇੱਕ ਚਿੜੀਆ ਥੀ ਦੀਵਾਨੀ ਸੀ ਇੱਕ ਚਿੜੇ ਪੇ ਵੋ ਮਰਤੀ ਥੀ ਸਾਰਾ ਦਿਨ ਔਰ ਸਾਰੀ ਰਾਤ ਉਸੇ ਯਾਦ ਕੀਆ ਕਰਦੀ ਥੀ ਇੱਕ ਰੋਜ਼ ਚਿੜੇ ਸੇ ਕਹਿਨੇ ਲਗੀ ਮੈਂ ਤੇਰੇ ਬਗੈਰ ਨਹੀਂ ਰਹਿ ਸਕਦੀ ਚਿੜਾ ਨੀਵਾਂ ਮੂੰਹ ਕਰਕੇ ਰੋਣੇ ਲਗਾ ਆਪਣੀ ਆਪ ਬੀਤੀ ਉਸੇ ਸੁਣਾਨੇ ਲਗਾ ਮੇਰੇ ਘਰ ਮੇ ਗੁਰਬਤ ਹੈ ਬਾਜਰੇ ਕਾ ਦਾਨਾ ਨਹੀਂ ਹਮਨੇ ਸਕੂਲ ਜਾਣਾ ਨਹੀਂ ਫਿਰ ਵੀ ਤੇਰੀ ਖਾਤਰ ਆਪਣੇ ਪਰੋਂ ਸੇ ਬਾਤ ਕਰੂੰਗਾ ਮੈਂ ਤੇਰੀ ਖਾਤਰ ਦੁਨੀਆ ਸੇ ਲੜੂੰਗਾ ਯਾਰ ਜਿਹੜਾ ਚਿੜਾ ਆਵਾ ਉਹਦੇ ਕਿੰਨੇ ਕੁ ਵੱਡਿਆਂ ਨਾਲ ਗੱਲ ਕਰ ਲੈਣੋ ਐਡਾ ਕਿਤੇ ਹੁੰਦਾ ਸਰ ਨਹੀਂ ਬਾਜ਼ਾ ਨਾਲ ਬਾਜ਼ਾ ਬੁੱਤਰ ਹਾਂਜੀ ਅੱਛਾ ਬਾਜ਼ਾ ਨਾਲ ਬਹਾਰ ਫਿਰ ਵੀ ਆਪਣੇ ਪਰੋਂ ਸੇ ਬਾਤ ਕਰੂੰਗਾ ਤੇਰੀ ਖਾਤਰ ਦੁਨੀਆ ਸੇ ਲੜੂੰਗਾ ਇਤਨੇ ਮੇ ਚਿੜੀਆ ਕਾ ਕਜ਼ਨ ਕਹਾਂ ਆ ਗਿਆ ਵੋ ਵਹੀ ਉੜ ਰਹਾ ਥਾ ਤਾਂ ਆ ਗਿਆ ਔਰ ਜਾਤੇ ਜਾਤੇ ਇਹਦੇ ਦਾ ਮਜ਼ਾ ਲੈ ਦੇ ਸੀਰੀਸ ਪੂਰੇ ਦਾ ਇਤਨੇ ਮੇ ਚਿੜੀਆ ਕਾ ਕਜ਼ਨ ਕਹਾਂ ਆ ਗਿਆ ਵੋ ਵਹੀ ਉੜ ਰਹਾ ਥਾ ਤਾਂ ਆ ਗਿਆ ਵਾਹ 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 ਕੀ ਕਹਦੇ ਕਿਆ ਕਰੇ ਆਪਕੇ ਕਹਾਂ ਔਰ ਤਾਂ ਕੀ ਜਵਾਬ ਨਹੀਂ ਸਰ ਮੈਂ ਆਪਣੀ ਮਿਹਨਤ ਕਰਦੇ ਹਾਂ ਨਾਰਾ ਟੋਲ ਔਰ ਕਿਆ ਕਰੇ ਆਪ ਦੇਖੇ ਆਪਕੇ ਪਾਸ ਵੀ ਇਤਨੀ ਮੋਟੀ ਕੋਈ ਕਿਤਾਬ ਹੈ ਨਾ ਸਰ ਮੈਂ ਬੋਲ ਬੈਠੀ ਦਾ ਸਿਗਰਟ ਲਾਇਆ ਉਹ ਦਾ ਦਿਮਾਗ ਅੱਛਾ ਚਲੋ ਅੱਛਾ ਇਤਨੇ ਮੇ ਚਿੜੀਆ ਕੇ ਪਾਸ ਇੱਕ ਕਾਂ ਆ ਗਿਆ ਉਹ ਵਹੀਂ ਕਹੀਂ ਆਸ ਪਾਸ ਆ ਗਿਆ ਓਕੇ ਇਤਨੇ ਮੇ ਚਿੜੀਆ ਕਾ ਕਜ਼ਨ ਕਹਾਂ ਆ ਗਿਆ ਵੋ ਵਹੀ ਉੜ ਰਹਾ ਥਾ ਤਾਂ ਆ ਗਿਆ ਔਰ ਜਾਤੇ ਜਾਤੇ ਮੁਹੱਬਤ ਕੀ ਦਾਸਤਾਂ ਸਭ ਕੋ ਬਤਾ ਗਿਆ ਚਿੜੀਆ ਕੋ ਪੜੀ ਮਾਰ ਔਰ ਚਿੜੇ ਕੋ ਗਾਲੀਆਂ ਸਾਰਾ ਇਲਾਕਾ ਉਨ ਪੇ ਬਜਾਤਾ ਥਾ ਤਾਲੀਆਂ ਵਾਹ 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 ਚਿੜੀਆ ਕੀ ਫੁੱਫੋ ਮੁਰਗੀ ਕੱਟੋ ਵੀ ਆ ਗਈ ਆਹਾ ਉਸਕਾ ਨਾਮ ਹੈ ਕੱਟੋ ਜੋ ਵੀ ਹੈ ਠੀਕ ਹੈ ਠੀਕ ਹੈ ਮੁਰਗੀ ਹਾਂ ਚਿੜੀਆ ਕੀ ਫੁੱਫੋ ਮੁਰਗੀ ਕਿੱਟੋ ਵੀ ਆ ਗਈ ਚਿੜੀਆ ਕੋ ਦੇ ਦਲਾਸੇ ਉਸੇ ਇਹ ਸਮਝਾ ਗਈ ਮੇਰਾ ਬੇਟਾ ਅਸੀਲ ਹੈ ਅਸੀਲ ਕੁੱਕੜ ਜੋ ਹੁੰਦਾ ਨਾ ਅਸੀਲ ਕੁੱਕੜ ਹਾਂਜੀ ਮੇਰਾ ਬੇਟਾ ਅਸੀਲ ਹੈ ਔਰ ਪੜ੍ਹਾ ਲਿਖਾ ਵੀ ਹੈ ਸ਼ਾਦੀ ਤੋਂ ਉਸੇ ਕਰ ਲੇ ਬੜੀ ਨਯਾਬ ਨਸਲ ਹੈ ਵਾਹ ਰੇ ਵਾਹ ਕੀ ਬਾਤ ਚਿੜੀਆ ਨੇ ਕਹਾ ਮੈਂ ਮਰ ਜਾਊਂਗੀ ਮਗਰ ਆਪਣੇ ਚਿੜੇ ਕਾ ਸਾਥ ਚਿੜੀਆ ਨੇ ਕਹਾ ਮੈਂ ਮਰ ਜਾਊਂਗੀ ਮਗਰ ਚਿੜੇ ਕਾ ਸਾਥ ਨਿਭਾਉਂਗੀ ਚਿੜੀਆ ਕੀ ਖਾਲਾ ਬਤਖ ਔਰ ਫਾਕਤਾ ਨੇ ਯੇ ਕਹਾ ਯੇ ਹਮਾਰੀ ਜ਼ਿੰਮੇਦਾਰੀ ਹੈ ਖਬਰਦਾਰ ਕਿਸੀ ਨੇ ਕੁਛ ਕਹਾ ਬਾਸ ਕੋ ਪਤਾ ਚਲਾ ਜਬ ਦਾਸਤਾਨ ਕਾ ਚਿੜਾ ਚਿੜੀ ਕੀ ਬਾਤੋਂ ਸੇ ਵੋ ਹੈਰਾਨ ਥਾ
फिर यूं हुआ चिड़ा और चिड़ी की शादी हो गई। वाह वाह। कुछ दिनों बाद दोनों की जिंदगी चिड़चिड़ी हो गई। चिड़चिड़ी। ठीक दो माह बाद दोनों में अलहदगी हो गई। अब चिड़िया ये कहती है प्यार कभी ना करना, वालदैन जहां बोले शादी वहीं पे करना। अरेंज मैरिज में सुख है, लव मैरिज में नहीं। वालदैन औलाद का बुरा कभी सोचते नहीं। अरे वाह 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 वाह, क्या उम्दा बात है। साइन करते अगर उसे यही हालत पसंद आई है। धीमे लहजे से पढ़िए, हम गिरा होश नहीं है। अगर उसे यही हालत पसंद आई है, वो इसमें खुश है तो मुझको उदास रहने दो। एक ही समझने वाला था मुझे। एक ही समझने वाला था मुझे। हाय वो भी समझदार हो गया। मैं हमेशा करता रहा जिसकी सेवा, एथेवा मुंदरी दा सीरियस है नहीं सीरियस। लो जी नाजरीन, मुशायरे नूं छड्डो परां, ऐ मैं तस्वीर इत्थे खिंच के ला देंगा, तुसीं इह सारा वर्का मैनूं पढ़ दिओ। तुहानूं मैं रहण दिओ, पढ़िया जा पढ़ جناب ناظرین صد مرحبا، کوئی احباب کو بے آداب لبابے با تحسین میں فردند افغندا عرض کنندا پڑھ رہے ہیں صدر محفل اور صدر اوئے افغندا سب غلط پڑھ رہے ہیں میں کہنا جی یہ تصویر میں لگاؤں گا سامنے आपने पढ़ना है इसको। वाह वाह दानिश भाई क्या बात है, ये आपकी दांत के मुझसे की करके हम है। खींच लेती है मुझे उसकी मोहब्बत वरना मैं बहुत बार मिला हूँ आखिरी बार उसे। अरे वाह वाह क्या बात। ये थे फैसल रामे साहब। अब जनाब फरीद साबरी साहब को दावत देते हैं। फरीद साहब जी जी मैं आप तैयार है आपका? जी जी चले आप सुनाए पहले। नहीं तो फिल्म थी किबला कर रहा हूँ, मेरा भी रहता था दो तीन। चले कोई नहीं, एंड पे सुना देना। ये जितना आपका रहता है ये उतना ही है। चले कोई मसला नहीं। बनके लारी लारा फबिए, बनके लारी लारा फबिए, लारी लारा बनके लारी लारा फबिए। अच्छा अच्छा, अपने जींदा मकसद लभिए। बनके लारी लारा फबिए, अपने जींदा मकसद लभिए। व्याह करा के सुकून दे नाल, व्याह करा के सुकून दे नाल, पूरा रोटी टुकर चबिए, अपने जीन दा मकसद लभिए। कल्ले कल्ले की जीना है, कल्ले कल्ले की जीना है, की जीना है। अभी मैं अभी किबला क्या हुआ जी जी अभी किबला अभी क्या हुआ है। कल्ले कल्ले की जीना है किबला, मेरा सीरियस हो क्या हो गया? ये महफिल में नहीं आए ना? कबर च दबिए, कदिए व्याह करा के सुकून दे नाल जिंदगी आपां बसर करिए। तू मेरी मैं तेरा हो जा, तू मेरी मैं तेरा हो जा,
ਮੈਂ ਤੇਰੀ ਤੂੰ ਮੇਰੀ ਹੋ ਜਾ ਤੂੰ ਤੇਰੀ ਮੈਂ ਤੇਰਾ ਹੋ ਜਾ ਤੂੰ ਤੇਰੀ ਮੈਂ ਤੇਰਾ ਹੋ ਜਾ ਤੂੰ ਤੇਰੀ ਮੈਂ ਤੇਰਾ ਹੋ ਜਾ ਤੂੰ ਤੂੰ ਤੇਰੀ ਮੈਂ ਤੇਰਾ ਹੋ ਜਾ ਹਾਂਜੀ ਤੂੰ ਤੇਰੀ ਮੈਂ ਮੇਰਾ ਹੋ ਜਾ ਤੂੰ ਤੇਰੀ ਮੈਂ ਮੇਰਾ ਹੋ ਜਾ ਹਾਂਜੀ ਤੂੰ ਤੇਰੀ ਮੈਂ ਤੇਰਾ ਤੇਰਾ ਮੇਰਾ ਹੋ ਜਾ ਤੇਰਾ ਮੇਰਾ ਹੋ ਜਾ ਹਾਂ ਨਹੀਂ ਨਹੀਂ ਮੈਂ ਤੇਰੀ ਤੂੰ ਮੇਰਾ ਹੋ ਜਾ ਹਾਂਜੀ ਮੈਂ ਤੇਰੀ ਤੂੰ ਮੇਰਾ ਹੋ ਜਾ ਫਿਰ ਜਿੱਦਾਂ ਮਰਜ਼ੀ ਹੋ ਜਾ ਤਨਖਾਈ ਆਪਾਂ ਕਬਰ ਚ ਦਬੀਏ ਵਾਹ ਯਾਰ ਵਾਹ ਤੂੰ ਮੇਰੀ ਮੈਂ ਤੇਰਾ ਹੋ ਜਾ ਕਿਬਲਾ ਇਹ ਗਲਤ ਹੋ ਗਿਆ ਤੂੰ ਮੇਰੀ ਮੈਂ ਤੇਰਾ ਹੋ ਜਾ ਐਵੇਂ ਨਾ ਹੁਣ ਆਪਾਂ ਖਪੀਏ ਵਿਆਹ ਕਰਾ ਕੇ ਅਭੀ ਇੱਕ ਮਸਲਾ ਪੜਾ ਹੈ ਅੱਛਾ ਵਿਆਹ ਕਰਾ ਕੇ ਅਭੀ ਇੱਕ ਮਸਲਾ ਪੜਾ ਹੁਆ ਹਾਂਜੀ ਮਸਲਾ ਅੱਛਾ ਨਹੀਂ ਨਹੀਂ ਉਹ ਇੱਧਰ ਮੈਂ ਲਿਖਾ ਵੀ ਹੈ ਕਿ ਮਤਲਬ ਹੋ ਗਿਆ ਅੱਛਾ ਜਿਹੜਾ ਲਿਖਿਆ ਉਹ ਪੜ੍ਹਨਾ ਨਹੀਂ ਆਉਂਦਾ ਮਨਾਸਬ ਜੇ ਤੂੰ ਸਮਝੇ ਸਾਨੂੰ ਹਾਂਜੀ ਮਨਾਸਬ ਜੇ ਤੂੰ ਸਮਝੇ ਸਾਨੂੰ ਵਿਆਹ ਕਰਾਈਏ ਐਸੇ ਛਬੀਏ ਤਨਹਾਈ ਆਪਾਂ ਕਬਰ ਚ ਦਬੀਏ ਮੇਰਾ ਖਿਆਲ ਇਹਨੂੰ ਫੱਬੀਏ ਕੀ ਕਹਿਣਾ ਚਾਹ ਨਹੀਂ ਛਬੀਏ ਕਿ ਮੇਰਾ ਖਿਆਲ ਛਬੀਏ ਮਤਲਬ 26 ਤਰੀਕ ਨੂੰ ਡੇਟ ਕੋ ਅੱਛਾ ਛਬੀਏ ਹਾਂ ਛਬੀਏ ਵਾਹ ਵਾਹ ਡੇਟ ਕੋ ਛਬੀ ਡੇਟ ਓਏ ਯਾਰ ਇਹ ਕੌਣ ਸੀ ਸ਼ਾਇਰੀ ਹੈ ਭਾਈ ਇਹ ਕੌਣ ਸੀ ਸ਼ਾਇਰੀ ਹੈ ਜੇ ਪਹਿਲੀ ਹੁੰਦੀ ਤੇ ਫੇਰ ਕੀ ਕਹਿਣਾ ਸੀ ਪਹਿਲੀ ਹੈ ਪਹਿਲੀ ਹੈ ਛਬੀਏ ਅੱਛਾ ਅਗਲਾ ਮਕਤਲਾ ਛੋੜ ਦਿਆ ਕਿਉਂ ਕਿਆ ਹੋਇਆ ਉਹ ਥੋੜਾ ਗਲਤ ਹੋ ਗਿਆ ਆਦਾ ਨਹੀਂ ਤੋ ਜਿਸ ਤਰ੍ਹਾਂ ਕਾ ਪਹਿਲੇ ਠੀਕ ਹੈ ਉਹ ਵੀ ਇਸ ਤਰ੍ਹਾਂ ਠੀਕ ਕਰ ਲੈਣਾ ਇਸ ਚੀਜ਼ ਕੀ ਬਿਲਕੁਲ ਵੀ ਪਰਵਾਹ ਨਾ ਕਰੇ ਕਿ ਲੋਕ ਆਪਕੋ ਕਿਆ ਕਹੇਗੇ ਭਾਵੇਂ ਪੀ ਤੂੰ ਸਟਿੰਗ ਤੇ ਫੈਂਟਾ ਪੀ ਤੂੰ ਸਟਿੰਗ ਤੇ ਫੈਂਟਾ ਉਹ ਤੇਰੇ ਗਲੇ ਚ ਦਬੀਏ ਵਿਆਹ ਕਰਾ ਕੇ ਆਪਾਂ ਕਬਰ ਚ ਤੇਰੇ ਗਲੇ ਚ ਪਸਰ ਕਰੀਏ ਨੀਚੇ ਕਮੈਂਟਸ ਆਤੇ ਹਮਾਰੇ ਲੋਕ ਕਿਸ ਤਰ੍ਹਾਂ ਆਪਕੋ ਪਿਆਰ ਕਰ ਮੈਂ ਤਿਆਰੀ ਕਰਤਾ ਹੂੰ ਅਰੇ ਨਹੀਂ ਆਪ ਤਿਆਰੀ ਕਰੇਂਗੇ ਤੋ ਆਪ ਫੀਕੇ ਹੋ ਜਾਏਗੇ ਆਪ ਜਨਾਬ ਕਿਸਕੀ ਬਾਰੀ ਰਹਿ ਗਈ ਅਰਜ਼ ਹੈ ਕਿ ਯੂਕੇ ਯੂਐਸਏ ਕੈਨੇਡਾ ਸਾਰਾ ਜਹਾਨ ਦੇਖਾ ਨਹੀਂ ਉਹ ਯੂਐਸ ਵੀ ਕਹਾਂ ਸਾਰਾ ਜਹਾਨ ਦੇਖਾ ਅੰਗਰੇਜ਼ੀ ਮੇ ਨਾ ਗੁੱਜਰ ਨਾ ਅਰਬੀ ਪਠਾਨ ਦੇਖਾ ਅੰਗਰੇਜ਼ੋ ਮੇ ਨਾ ਗੁੱਜਰ ਨਾ ਅਰਬੀ ਪਠਾਨ ਦੇਖਾ ਮੈਨੇ ਦੁਬਈ ਜਾ ਕੇ ਕਾਲਾ ਪਠਾਨ ਦੇਖਾ ਇਸ ਦੇਸ਼ ਜੈਸਾ ਕੋਈ ਨਾ ਆਸਮਾਨ ਦੇਖਾ ਨੀਟ ਐਂਡ ਕਲੀਨ ਸਭ ਜਗੋ ਸੇ ਹਮਕੋ ਹੈ ਪਿਆਰਾ ਦਿਨ ਤਾ ਤਾ ਮਿੱਟੀ ਘਟਾ ਦਿਨ ਤਾ ਤਾ ਥਾ ਦਿਨ ਤਾ ਤਾ ਮਿੱਟੀ ਘਟਾ ਦਿਨ ਤਾ 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 ਦਿਨ ਤਾ ਤਾ ਦੂਰ ਘਟਾ ਦਿਨ ਤਾ ਤਾ ਗੋਰੇ ਕਰੇ ਹੈ ਡਾਇਟਿੰਗ ਗੋਰੇ ਕਰੇ ਹੈ ਡਾਇਟਿੰਗ ਔਰ ਹਮ ਕਰੇ ਹੈ ਫਾਈਟਿੰਗ ਗੋਰੇ ਕਰੇ ਹੈ ਡਾਇਟਿੰਗ ਔਰ ਹਮ ਕਰੇ ਹੈ ਫਾਈਟਿੰਗ ਯਹ ਵੱਟੇ ਕਰਨ ਰਿਸ਼ਤੇ ਵਾਹ ਖੁਦ ਹੀ ਕਰੇ ਸਾਈਟਿੰਗ ਵਾਹ ਸਾਈਟਿੰਗ ਸਾਈਟਿੰਗ
हाँ वह खुद ही करे है फाइटिंग। इनके है दो दो बच्चे, हमने सरों पैरों लाइटिंग। क्या बात, उनके है दो दो बच्चे, हमने हमने सरों पैरों लाइटिंग। वहां मॉम डैड सेपरेट, हम लक में चिमटे खाइटिंग। हम एक एक मंजी ते तीन दिन कठिंग। वो जीन्स नाइट पहनिंग और अपने पास क्या, दिन ताता तोती कच्चा दिन। क्या बात, क्या बात है, सद मरहबा। दिन ताता तोती कच्चा दिन ताता ता, और वो कर रहे हैं स्ट्रगल। अच्छा ओदिया ते तू इंज वेख रहे हैं जिवें तेरी शायरी तो बाद लोकी तेरे च ते गालिब च कंपैरिजन कर रहे हैं। मैं जिदा मर्जी सुना भी मैं इदा सुनूंगा। और लेक्चरर बन गए असे, हीरो शीरो बन के नले मुंह च पाइया बबला। बबला क्या बात, लीडर जो बाहर होके आंदे इथे दिल उन्हां दा करदा, दिन ता ता कच्चा पक्का दिन ता ता। क्या गुज़ीन कलाम है आपका, क्या कहने, जबरदस्त, क्या कहने। शायरी का सामना नहीं कर सकता सदरे महफल, दिन ता ता कच्चा पक्का दिन ता ता ता। यार मेरा दिन ता ता कि मैं कहना तुसी अपना कलामे नाशर सुनाओ। नहीं ये तो बड़ी सारी क्या बात है, अब देखना इसका फैसलनामे। ये एक सदी का नाम है, सदी का अकी अकी सदी का सदी सावित्री सदी क्या भाई ये सदी। और सच्ची मुझे बात कर रहा हूं कि ये जो हीरे हैं, ये जो प्यारे हीरे हैं, ये जो प्यारे हीरे हैं, ये क्या क्या कहने मेरे मजलिस क्या है? अच्छा इसको इसको ऑडियो का मजा नहीं आया। ये जो मैंने कहा हीरे हैं, इसका ऐसे ये जो हीरे हैं, ये जो प्यारे हीरे हैं, ये सारे खूबसूरत हीरे, इनमें गंदा, इनमें एक गंदा है। ये है वो ये। अच्छा जी, तो बात ये कर रहा था मैं कि सारे ही माशाल्लाह अपनी अपनी जगह जगह पे खूबसूरत है। देखिए एक गुलदस्ता बना हुआ है, इस ये अपनी जगह पे इनको कोई छू नहीं सकता, इनको अपनी जगह पे कोई छू नहीं सकता, सब ऐसे ही है, ठीक है ना। तो आखिर में सदर महफिल मैंने एक छोटी सी गुजारिश करनी थी। और बात कर लेना, प्रोग्राम खत्म कर लेने दो। अर्ज किया है इस मुशायरे का जो
اختتام میں وہ اختتام اوپننگ جو ہے وہ میں یہ کر رہا ہوں, ذرا محتاط ہونا چاہیے تھا, ذرا محتاط ہونا چاہیے تھا, بغیر اشکوں کے رونا چاہیے تھا. اب ان کو یاد کر کے رو رہے ہیں, اب ان کو یاد کر کے رو رہے ہیں, بچھڑتے وقت رونا چاہیے. میری وعدہ خلافی پر وہ چپ, میری وعدہ خلافی پر وہ چپ ہے, اسے ناراض ہونا چاہیے. چلا آتا یقیناً خواب میں ہو, چلا آتا یقیناً خواب میں ہو, ہمیں کل رات سونا چاہیے تھا. چلا آتا یقیناً خواب میں ہو, ہمیں کل رات سونا چاہیے تھا. بہت خوب. ہمارا حال تم بھی پوچھتے ہو, ہمارا حال تم بھی پوچھتے ہو, تمہیں معلوم ہونا چاہیے. ہمارا حال تم بھی پوچھتے ہو, تمہیں معلوم ہونا چاہیے تھا. اور وفا مجبور تم کو کر رہی ہے, وفا مجبور تم کو کر رہی ہے, تو مجبور ہونا چاہیے تھا. بہت خوب, اپنا بہت خیال. صدر میں ایک بات کرنا چاہ رہا ہوں. ہاں ہاں ضرور ضرور, میں ختم کر لوں پروگرام, اس کے بعد باتیں کریں گے, پھر باتیں کریں گے. اپنا بہت خیال رکھیے ناظرین, اگلے پروگرام میں اگلے مشاعرے میں آپ سے پھر ملاقات ہوگی. بہت ودیا لگا, بہت ودیا لگا, شہر و شہری بہت ودیا, پوری ٹیم دی سب تو ودیا. مینوں جڑا بھرا جڑا گول مٹو جانے بھاؤ پیٹھے ورگا, مینوں نام نہیں پتا بھاؤ دا, کمنٹ کر کے ضرور دسو بھا دا نام کی آ. وہ تو رو رو کے مڑ کے سیرے لا دی گل نا, بہت ودیا سی. جانی نے بولن نہیں دتا انہوں. ہاں سب تو زیادہ, سب تو زیادہ ہسایا ہی انہوں. ہاں تے بہت ودیا لگی شہر و شہری, بہت ودیا ویڈیو سی. تھینک یو جی دوستوں نے کمنٹ کر کے کیا سی شہر و شہری ساجد جانی نے لے کے آئے پوری ٹیم. سچی بہت ودیا سی, بہت انجوائے کیا, منہ دکھلا پیا, سس گیا, ڈھڈ بھی دکھ لگ پیا, ایک تو فیس بھی دکھ لگ پیا. بہت سونی ویڈیو ہی, کوشش کریں گے آپ ہور ادا دیا ویڈیو لے کے آئیے ساجد جانی بائی دیا. ادا ہی وہ جتم جتی بھی ہوں رہے شہر و شہری چ بھی, تو بہت ودیا ادا کرتے رہن. سارے چینل نال ادا ہی جڑے رہنا, تے سانو کمنٹ کر کے ضرور دسنا کہ اسی کیڑی ویڈیو تے ریکشن ویڈیو لے کے آئیے, تے سارے چینل نو سبسکرائب ضرور کر لینا, تے بیل آئیکن نو دبانا نہ بھولنا. اج لئی انہی جی, پھر ملیں ایک نئی ویڈیو نال. ساسری کال جی.